ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਬਰਗਾੜੀ ਬੇਅਦਬੀ ਮਾਮਲਾ ਕਾਫੀ ਹੱਦ ਤੱਕ ਸੁਲਝਦਾ ਹੋਇਆ ਨਜ਼ਰ ਆ ਰਿਹਾ ਹੈ। ਬੈਬਲ ਕਲਾ ਗੋਲੀਕਾਂਡ ਵਿਖੇ ਚਲਾਈ ਗਈ ਗੋਲੀ ਕਿਹਨਾਂ ਦੀ ਬੰਦੂਕ ਵਿੱਚੋਂ ਨਿਕਲੀ, ਉਸ ਦਾ ਵੀ ਕਾਫੀ ਹੱਦ ਤੱਕ ਫੈਸਲਾ ਹੋ ਚੁੱਕਾ ਹੈ। 4 ਪੁਲਿਸ ਅਫਸਰ ਵੀ ਨਾਮਜ਼ਦ ਕਰ FIR ਦਰਜ ਕਰ ਦਿੱਤੀ ਗਈ ਹੈ। ਪਰ ਬੇਅਦਬੀਆਂ ਦੇ ਇਹਨਾਂ ਮਾਮਲਿਆਂ ਦਾ ਸੇਕ ਹੁਣ ਬਾਦਲ ਪਰਿਵਾਰ ਤੱਕ ਵੀ ਪਹੁੰਚਣ ਲੱਗ ਪਿਆ ਹੈ, ਕਿਉਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਸਾਰਿਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਆਖਿਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਾਰਵਜਨਿਕ ਜਨਤਕ ਕਿਉਂ ਨਹੀਂ ਕੀਤੀ ਜਾਂਦੀ। ਅਗਰ ਬਾਦਲ ਪਰਿਵਾਰ ਦੇ ਲਿੰਕ, ਅਗਰ ਬਾਦਲ ਪਰਿਵਾਰ ਦੀਆਂ ਤਾਰਾਂ ਜੁੜੀਆਂ ਹੋਈਆਂ ਨਜ਼ਰ ਆਉਂਦੀਆਂ ਨੇ, ਤਾਂ ਬਾਦਲ ਪਰਿਵਾਰ ਨੂੰ ਕਿਉਂ ਨਹੀਂ ਅਰੈਸਟ ਕੀਤਾ ਜਾਂਦਾ? ਆਓ ਪਹਿਲਾਂ ਜਾਣਦੇ ਹਾਂ ਕਿ ਇਸ ਸਾਰੇ ਮਾਮਲੇ ਉੱਤੇ ਭਗਵੰਤ ਮਾਨ ਨੇ ਕੀ ਕਿਹਾ। ਹੋਮ ਮਿਨਿਸਟਰ ਸੀ ਉਸ ਵੇਲੇ ਸੁਖਬੀਰ ਸਿੰਘ ਬਾਦਲ, ਚੀਫ ਮਿਨਿਸਟਰ ਸੀ ਪ੍ਰਕਾਸ਼ ਸਿੰਘ ਬਾਦਲ। ਰਾਤ ਨੂੰ 1:30 ਕਾਲਾਂ ਹੋਈਆਂ ਨੇ, ਠੀਕ ਹੈ ਜੀ। ਇੱਕ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਹੈ ਸੰਗਤ, ਉਹਨਾਂ 'ਤੇ ਤੁਸੀਂ ਅੰਨੇ ਵਾਹ ਗੋਲੀਆਂ ਚਲਾਤੀਆਂ। ਹੋਮ ਮਿਨਿਸਟਰ ਦੀ ਇਜਾਜ਼ਤ ਤੋਂ ਬਿਨਾਂ ਗੋਲੀ ਨਹੀਂ ਚਲਾ ਸਕਦੇ, ਉਹਨਾਂ ਨੂੰ ਕਿਉਂ ਨਹੀਂ ਵਿੱਚ ਨਾਮਜ਼ਦ ਕਰਦੇ? ਜਨਰਲ ਡਾਇਰ ਨੇ ਆਪ ਗੋਲੀਆਂ ਤਾਂ ਨਹੀਂ ਚਲਾਈਆਂ ਸੀ, ਆਰਡਰ ਦਿੱਤਾ ਸੀ ਜਲ੍ਹਿਆਂਵਾਲੇ ਬਾਗ ਦਾ। ਜੀ ਹਾਂ, ਹਰ ਕਿਸੇ ਦਾ ਇਹੀ ਕਹਿਣਾ ਹੈ ਕਿ ਬਾਦਲ ਪਰਿਵਾਰ ਦਾ ਦੋਸ਼ ਸੀ। ਬਾਦਲ ਪਰਿਵਾਰ ਵੀ ਕਿਤੇ ਨਾ ਕਿਤੇ ਬੇਅਦਬੀਆਂ ਦਾ ਦੋਸ਼ੀ ਹੈ। ਆਓ ਹੁਣ ਜਾਣਦੇ ਹਾਂ ਕਿ ਆਖਿਰ ਪ੍ਰਤਾਪ ਸਿੰਘ ਬਾਜਵਾ ਨੇ ਕੀ ਕਿਹਾ ਬੇਅਦਬੀਆਂ ਦੇ ਮਾਮਲੇ ਤੇ। ਦੇਖੋ, ਇਹ ਚੀਜ਼ ਤੇ ਜਦੋਂ ਮੈਂ PCC ਪ੍ਰਧਾਨ ਵੀ ਸੀ ਪੰਜਾਬ ਦਾ, ਜਿਸ ਟਾਈਮ ਇਹ ਬੜਾ ਮੱਧ ਪੱਕੀ ਜਿਹੜੀ ਹੋਈ ਇਹ ਬਰਗਾੜੀ ਦੇ ਵਿੱਚ ਕਾਂਡ ਹੋਇਆ, ਤਾਂ ਸਾਡਾ ਉਦੋਂ ਵੀ ਇਹ ਮੰਨਣਾ ਸੀ ਅਤੇ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਇਹਦੇ ਵਿੱਚ ਸਿੱਧੇ ਤੌਰ 'ਤੇ ਬਾਦਲਾਂ ਦੀ, ਪੰਜਾਬ ਪੁਲਿਸ ਦੀ ਅਤੇ ਇਹਨਾਂ ਦੀ ਪਾਰਟੀ ਦੀ ਸ਼ਮੂਲੀਅਤ ਹੈ। ਅੱਜ ਜਸਟਿਸ ਰਣਜੀਤ ਸਿੰਘ ਜੀ ਦੀ ਜਿਹੜੀ ਪਹਿਲੀ ਰਿਪੋਰਟ ਆਈ ਹੈ, ਉਹਨੇ ਇਸ ਗੱਲ ਨੂੰ ਅਸਟੈਬਲਿਸ਼ ਕਰ ਦਿੱਤਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ, ਇਹ ਤਾਕਤ ਵਿੱਚ ਰਹਿਣ ਵਾਸਤੇ ਇਹ ਸਾਰੇ ਸਿੱਖੀ ਦੇ ਅਸੂਲ ਅਤੇ ਪੰਜਾਬੀਅਤ ਦੇ ਅਸੂਲ ਛਿੱਕੇ 'ਤੇ ਟੰਗ ਸਕਦੇ ਨੇ। ਇਹ ਕਿਸੇ ਲੈਂਥ ਤੱਕ ਵੀ ਜਾ ਸਕਦੇ ਨੇ ਪੰਜਾਬ ਦਾ ਨੁਕਸਾਨ ਕਰਵਾਉਣ ਦੇ ਵਿੱਚ, ਆਪਸੀ ਭਾਈਚਾਰੇ ਨੂੰ ਤੋੜਨ ਦੇ ਵਿੱਚ ਕੁਝ ਵੀ ਇਹ ਕਰ ਸਕਦੇ ਨੇ। ਸੋ ਇਹ ਕਾਨੂੰਨਾ ਜਿਹੜਾ ਇਹਨਾਂ ਨੇ ਉਦੋਂ ਇਹ ਸਾਰੀ ਕਾਰਵਾਈ ਕਰਵਾਈ ਹੈ। ਮੇਰੀ ਅਪੀਲ ਹੈ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿ ਤੁਸੀਂ ਵੀ ਚੀਫ ਮਿਨਿਸਟਰ ਬਣਨ ਤੋਂ ਪਹਿਲੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਬਰਗਾੜੀ ਕਾਂਡ ਦੇ ਜਿੰਨੇ ਦੋਸ਼ੀ ਨੇ, ਇਹ ਸਾਡੀ ਸਰਕਾਰ ਬਣਨ 'ਤੇ ਜਲਦੀ ਤੋਂ ਜਲਦੀ ਅਸੀਂ ਇਹਨਾਂ ਲੋਕਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਕੇ ਇਹਨਾਂ ਨੂੰ ਸਜ਼ਾਵਾਂ ਦਿਵਾਵਾਂਗੇ। ਹੋਮ ਮਿਨਿਸਟਰੀ ਵੀ ਤੁਹਾਡੇ ਕੋਲ ਹੈ, ਪੰਜਾਬ ਪੁਲਿਸ ਇੱਕ ਬੜੀ ਕੰਪੀਟੈਂਟ ਪੁਲਿਸ ਫੋਰਸ ਹੈ, ਜਿਹਨੇ ਪਹਿਲੇ ਅੱਜ ਤੋਂ 15-20 ਸਾਲ ਪਹਿਲੇ ਅੱਤਵਾਦ ਦਾ ਮੁਕਾਬਲਾ ਕੀਤਾ, ਅਤੇ ਸਾਰੀ ਦੁਨੀਆ 'ਚੋਂ ਜੇ ਕਿਸੇ ਇੱਕ ਜਗ੍ਹਾ 'ਤੇ ਅੱਤਵਾਦ ਜੜੇ ਉਖਾੜਿਆ ਗਈ ਹੈ ਤਾਂ ਪੰਜਾਬ ਦੀ ਧਰਤੀ 'ਤੇ। ਤੋ ਸਾਨੂੰ ਟਾਈਮ ਬਾਉਂਡ ਕਰਕੇ ਇਹ ਇਨਕੁਆਇਰੀ ਬਜਾਏ CBI ਨੂੰ ਕਰਨ ਦੇ, ਕਿਉਂਕਿ CBI ਦੇ ਵਿੱਚ ਕੈਪਟਨ ਸਾਹਿਬ ਬਹੁਤ ਚੰਗੀ ਤਰ੍ਹਾਂ ਵਾਕਫ ਨੇ ਇਸ ਗੱਲ ਦੇ ਕਿ ਯੂਨੀਅਨ ਸਰਕਾਰ, ਸੈਂਟਰ ਸਰਕਾਰ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਜੀ ਜਿਹੜੇ ਨੇ ਉਹ ਕੈਬਨਿਟ ਦੇ ਮੰਤਰੀ ਨੇ ਨਰਿੰਦਰ ਮੋਦੀ ਜੀ ਦੇ ਨਾਲ। ਕੋਈ ਇਨਕੁਆਇਰੀ ਜਿਹੜੀ CBI ਨੂੰ ਜਾਏਗੀ, CBI ਇੱਕ ਬਕਾਇਦਾ ਤੌਰ ਹੱਥ ਟੋਕਾ ਹੈ ਨਰਿੰਦਰ ਮੋਦੀ ਜੀ ਦੀ ਸਰਕਾਰ ਦਾ, ਉਹਨਾਂ ਦੇ ਇਸ਼ਾਰੇ ਤੋਂ ਬਿਨਾਂ ਕੁਝ ਨਹੀਂ ਹੋਏਗਾ। ਤੋ ਜੇ ਅਸੀਂ ਜਸਟਿਸ ਦਿਵਾਉਣੀ ਹੈ, ਜੇ ਅਸੀਂ ਚਾਹੁੰਦੇ ਹਾਂ ਕਿ ਪੰਜਾਬੀਆਂ ਨੂੰ ਅਤੇ ਵਿਸ਼ੇਸ਼ ਤੌਰ ਸਿੱਖ ਭਾਈਚਾਰੇ ਦੇ ਜਿਹੜੇ ਹਿਰਦੇ ਨੇ ਉਹਨਾਂ ਨੂੰ ਅਸੀਂ ਮੱਲਮ ਲਗਾਉਣੀ ਹੈ, ਤਾਂ ਜ਼ਰੂਰੀ ਹੈ ਕਿ ਅਸੀਂ ਟਾਈਮ ਬਾਉਂਡ ਕਰਕੇ CBI ਦੇ ਬਜਾਏ ਪੰਜਾਬ ਪੁਲਿਸ ਕੋ ਹੀ ਇਨਵੈਸਟੀਗੇਟ ਕਰਵਾਇਆ ਜਾਏ। ਉਹਦੇ ਵਿੱਚ ਬਾਦਲ ਪਰਿਵਾਰ, ਇਹਨਾਂ ਦੇ ਹੋਰ ਜਿੰਨਾ ਵੀ ਇਹਨਾਂ ਦਾ ਸਟਾਫ ਇਨਵੋਲਵ ਸੀ, ਇਹਦੇ ਵਿੱਚ ਪੰਜਾਬ ਪੁਲਿਸ ਦੇ ਅਫਸਰ ਜਿਹੜੇ ਇਨਵੋਲਵ ਸਨ, ਉਹਨਾਂ ਸਾਰੇ ਲੋਕਾਂ ਨੂੰ
ਜਲਦੀ ਤੋਂ ਜਲਦੀ ਇਹਨਾਂ ਦੇ ਅਗੇਂਸਟ ਕਾਰਵਾਈ ਕਰਕੇ ਕਾਨੂੰਨੀ ਕਾਰਵਾਈ ਕਚਹਿਰੀ ਦੇ ਵਿੱਚ ਚਲਾਨ ਪੇਸ਼ ਕਰਨੇ ਚਾਹੀਦੇ ਨੇ ਅਤੇ ਇਹਨਾਂ ਨੂੰ ਸਜ਼ਾਵਾਂ ਕਰਵਾਉਣ ਦਾ ਕੰਮ ਕਰਨਾ ਚਾਹੀਦਾ ਹੈ। ਸੋ ਇਹੀ ਮੇਰੀ ਇੱਕ ਵਿਸ਼ੇਸ਼ ਅਪੀਲ ਕੈਪਟਨ ਸਾਹਿਬ ਨੂੰ ਹੋਈ। ਬੇਸ਼ੱਕ ਕੋਈ ਸੰਤਰੀ ਹੋਵੇ, ਮੰਤਰੀ ਹੋਵੇ, ਪ੍ਰਚਾਰਕ ਹੋਵੇ ਜਾਂ ਆਮ ਨਾਗਰਿਕ, ਹਰ ਕਿਸੇ ਦੇ ਜ਼ਿਹਨ ਦੇ ਵਿੱਚ ਇੱਕ ਚੀਜ਼ ਬਾਰ ਬਾਰ ਆ ਰਹੀ ਹੈ ਕਿ ਬੇਅਦਬੀਆਂ ਦੀ ਜਦੋਂ ਸ਼ੁਰੂਆਤ ਹੋਈ ਉਦੋਂ ਕਿਤੇ ਨਾ ਕਿਤੇ ਬਾਦਲ ਪਰਿਵਾਰ ਦਾ ਹੱਥ ਜ਼ਰੂਰ ਰਿਹਾ, ਜਿਸ ਕਰਕੇ ਉਹਨਾਂ ਨੂੰ ਸਜ਼ਾ ਮਿਲਣੀ ਬਣਦੀ ਹੈ। ਕਿਉਂਕਿ ਜਦੋਂ ਬੇਅਦਬੀਆਂ ਦੀ ਸ਼ੁਰੂਆਤ ਹੋਈ ਉਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਅਤੇ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ, ਅਤੇ ਹੁਣ ਇਹ ਆਉਣ ਵਾਲਾ ਵਕਤ ਤੈਅ ਕਰਿਆ ਕਿ ਬਾਦਲ ਪਰਿਵਾਰ ਤੱਕ ਇਸ ਚੀਜ਼ ਦਾ ਸੇਕ ਪਹੁੰਚਦਾ ਹੈ ਜਾਂ ਨਹੀਂ ਪਹੁੰਚਦਾ। ਪਰ ਹਾਂ, ਸੋਸ਼ਲ ਮੀਡੀਆ ਉੱਤੇ ਸਿੱਖ ਬੁੱਧੀਜੀਵੀਆਂ ਨੇ, ਪੰਜਾਬੀਆਂ ਨੇ ਆਮ ਆ ਕੇ ਆਪ ਆ ਕੇ ਇਹ ਗੱਲਾਂ ਹਿੱਕ ਠੋਕ ਕੇ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ ਜੇਕਰ ਬੇਅਦਬੀ ਦੇ ਦੋਸ਼ੀ ਬਾਦਲ ਪਰਿਵਾਰ ਤੋਂ ਜਥੇਦਾਰ ਅਤੇ ਪ੍ਰਧਾਨ ਡਰਦੇ ਨੇ ਤਾਂ ਡਰਨ ਪਰ ਅਸੀਂ ਪਿੱਛੇ ਨਹੀਂ ਹਟਾਂਗੇ, ਇਹ ਕਹਿਣ ਤੋਂ ਕਿ ਬੇਅਦਬੀਆਂ ਕਿਤੇ ਨਾ ਕਿਤੇ ਬਾਦਲ ਪਰਿਵਾਰ ਦੇ ਇਸ਼ਾਰੇ 'ਤੇ ਹੋਈਆਂ, ਬਹਿਬਲ ਕਲਾਂ ਵਿਖੇ ਗੋਲੀਆਂ ਵੀ ਕਿਤੇ ਨਾ ਕਿਤੇ ਬਾਦਲ ਪਰਿਵਾਰ ਦੇ ਇਸ਼ਾਰੇ 'ਤੇ ਚਲਾਈਆਂ ਗਈਆਂ। ਤੁਸੀਂ ਇਸ ਸਾਰੇ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।